दिखायो दोस्तों। इस टाइम मैं शमशान घाट के पिछे एक खेत के मौजूद हाँ। कल रात चोरों ने इत्थे तावा बोलते हुए तारा चोरिया कर लिया है, कुछ समान भी नुकसान किया है, एक छरे वाली बंदूक भी मिली है। देख लो जिवें ताला तोड़िया होया तो एक जिहड़ी छरे वाली बंदूक भी तो भी बरामद की गई है, मिली है मौके तो। खेत मालक नाल आपां गलबात करांगे की नुकसान होया। ਉਹੀ ਵਾਰਦਾਤ ਹੈ, ਨਸ਼ੇੜੀ ਚੋਰ ਇੱਥੇ ਆਉਂਦੇ ਜਾਂ ਤੀਜੀ ਚੌਥੀ ਵਾਰੀ ਹੋ ਗਿਆ ਜੀ। ਰੋਜ਼ ਤਾਰਾਂ ਵੱਢ ਕੇ ਲੈ ਜਾਂਦੇ ਆ, ਕਦੀ ਤਾਂ ਇਸ ਮੋਟਰ ਦੀਆਂ ਲੈ ਜਾਂਦੇ ਆ, ਕਦੀ ਉਸ ਮੋਟਰ ਦੀਆਂ, ਕਦੀ ਸਾਡੇ ਉਸ ਖੇਤ ਚੋਂ ਲੈ ਜਾਂਦੇ ਆ। ਅੱਜ ਵੀ ਸਾਡੇ ਆਲੇ ਦੁਆਲੇ ਸਾਰੀਆਂ ਮੋਟਰਾਂ 'ਚ ਤਾਰਾਂ ਵੱਢ ਕੇ ਰਹਿ ਗਏ ਆ ਤੇ ਰੱਜੇ ਆਉਂਦੇ ਆ ਨਸ਼ੇ ਨਾਲ। ਤੇ ਆਹ ਵੇਖੋ ਇੱਥੇ ਇਹਨਾਂ ਨੇ ਅੱਗ ਬਾਲੀ ਆ, ਪਤਾ ਨਹੀਂ ਰਾਤ ਨੂੰ ਨਸ਼ਾ ਨੁਸ਼ਾ ਪੀਂਦੇ ਰਹੇ ਆ ਇੱਥੇ ਬਹਿ ਕੇ। ਉਹ ਗੱਟਾ ਕਣਕ ਦਾ ਕਣਕ ਖਿਲਾਰਦੇ ਰਹੇ, ਪਤਾ ਨਹੀਂ ਰੱਜੇ ਬਾਲੇ ਹੋਏ ਸੀ। ਆਹ ਥੋੜੇ ਨਾਲ ਇਹਨਾਂ ਨੇ ਆਹ ਵੇਖੋ ਫਿਊਜ਼ ਤੋੜੇ ਆ ਇੱਧਰ, ਥੋੜੇ ਨਾਲ ਫਿਊਜ਼ ਤੋੜੇ। ਤੇ ਆਹ ਵੇਖੋ ਕੋਈ ਬੰਦੂਕ ਰੱਖੀ ਹੋਈ ਵੀ ਅਗਲੇ ਨੂੰ ਡਰਾਵਾ ਪਾਉਣ ਲਈ, ਰਾਤ ਨੂੰ ਹੈਗੀ ਤਾਂ ਨਿਸ਼ਾਨੇ ਵਾਲੀ ਹੈ। ਅਸੀਂ ਵੇਖੀਏ ਲਾ ਕੇ, ਐਂ ਲੱਗਦਾ ਵੀ ਅਗਲੇ ਨੂੰ ਦੂਜੇ ਲਾ ਕੇ ਡਰਾਉਣ ਲਈ ਰੱਖੀਏ। ਇਹਨਾਂ ਕੋਲ ਰਾਤ ਨੂੰ ਮੰਨ ਲਓ ਅਸੀਂ ਇੱਥੇ ਸੋ ਜਾਂਦੇ ਹਾਂ ਰਾਖੀ ਲਈ, ਇੱਕ ਬੰਦਾ ਦੋ ਬੰਦੇ ਸੋ ਜਾਂਦੇ, ਨਸ਼ੇੜੀ ਬੰਦੇ ਦਾ ਕੀ ਇਤਬਾਰ ਹੈ ਨਸ਼ੇ ਸਾਨੂੰ ਮਾਰ ਜੇ। ਅਸੀਂ ਇਹਨਾਂ ਦਾ ਕੀ ਕਰ ਸਕਦੇ ਹਾਂ ਰਾਤ ਨੂੰ? ਇਹ ਬਕਾਇਦਾ ਸਰਕਾਰ ਨੂੰ ਚਾਹੀਦਾ ਵੀ ਨਸ਼ੇ ਨੂੰ ਠੱਲ ਪਵੇ, ਨਸ਼ੇ ਨੂੰ ਠੱਲ ਪਊਗੀ ਤੇ ਚੋਰੀਆਂ ਨੂੰ ਠੱਲ ਪਊਗੀ। ਕੀ ਇਹ ਤਾਰ ਲਿਜਾਂਦੇ ਆ ਤੇ 200-300 ਦਾ ਤਾਂਬਾ ਵਿੱਚੋਂ ਕੱਢਦੇ ਹੋਣਗੇ? ਸਾਡੇ ਲਈ ਤਾਂ ਬਹੁਤ ਬੁਰੇ, ਅਸੀਂ ਰਾਤਾਂ ਇੱਥੇ ਨਹੀਂ ਰਹਿ ਸਕਦੇ। ਜੇ ਰਹੀਏ ਤਾਂ ਸਾਰੇ ਰਲ ਕੇ ਰਹੀਏ। ਕੱਲ ਨੂੰ ਮੰਨ ਲਓ ਇੱਥੇ ਜੇ ਕੋਈ ਬੰਦੇ ਨਾਲ ਅਣੀ ਬਣੀ ਹੁੰਦੀ, ਅਣਜਾਣ ਬੰਦੇ ਨਾਲ, ਕਰੰਟਰ ਨਾਲ ਮਰਦਾ ਜਿਵੇਂ ਮਰਦਾ, ਉਹ ਆਪਦੀ ਜ਼ਿੰਮੇਵਾਰੀ ਬੰਦਾ ਆਪ ਹੋਊਗਾ। ਸਾਨੂੰ ਪੁਲਿਸ ਪ੍ਰਸ਼ਾਸਨ ਨਾ ਉਸ ਗੱਲ ਤੰਗ ਕਰੇ ਜੇ ਬੰਦੇ ਨੂੰ ਕੁਛ ਵੀ ਉੱਥੇ ਹੁੰਦਾ, ਤੇ ਉਹ ਬੰਦਾ ਸਾਡੇ ਖੇਤ 'ਚ ਜਿਹੜਾ ਅਣਜਾਣ ਬੰਦਾ ਆਊਗਾ ਉਹ ਆਪਦੀ ਮੌਤ ਦਾ ਆਪ ਜ਼ਿੰਮੇਵਾਰ ਹੋਊਗਾ। ਦੀਪਕ ਹੈ ਜੀ, ਕੀ ਗੱਲ ਕੀ ਹੋਈ ਹੈ ਜੀ? ਆਪਣੇ ਇੱਧਰ ਜੀ 5-7 ਦਿਨ ਹੋ ਗਏ, ਮੰਨ ਲਓ ਟੋਟਲੀ ਜਿਹੜੀਆਂ ਨਾ ਮੋਟਰਾਂ ਉਹਨਾਂ ਦੀਆਂ ਸਾਰੀਆਂ ਤਾਰਾਂ ਕੱਢ ਕੇ ਲੈ ਜਾਂਦੇ ਜੀ, ਠੀਕ ਹੈ ਜੀ। ਅੱਜ ਤਾਂ ਹੱਦ ਹੀ ਹੋ ਗਈ, ਇਹਨਾਂ ਨੇ ਟਰਾਂਸਫਾਰਮ ਲਾ ਕੇ ਵੀ ਥੱਲੇ ਸਿੱਟਤਾ ਜੀ, ਉੱਧਰ ਪਰਲੇ ਖੇਤ ਆਪਣੇ ਟਰਾਂਸਫਾਰਮ ਥੱਲੇ ਸਿੱਟਤਾ ਜੀ, ਉਹਦੀਆਂ ਸਾਰੀਆਂ ਤਾਰਾਂ ਲੈ ਗਏ, ਸੋਲਰ ਦੀਆਂ ਸਾਰੀਆਂ ਤਾਰਾਂ ਵੱਢ ਕੇ ਸਿੱਟ ਜਾਂਦੇ ਆ ਜੀ। ਇਹ ਨਸ਼ਾ ਕਰਦੇ ਆ ਜੀ, ਇਹ ਉਸ ਪਾਸੇ ਕਲੋਨੀ ਹੈਗੀ ਹੈ ਜਿਹੜੀ ਕੀ ਕਹਿੰਦੇ ਆ ਕਾਂਜੀਆ ਫੈਕਟਰੀ ਕੋਲ, ਉੱਥੇ ਨਸ਼ਾ ਕਰਕੇ ਉੱਥੋਂ ਚੱਲਦੇ ਆ ਤੇ ਇੱਧਰ ਆਉਂਦੇ। ਪੁਲਿਸ ਨੂੰ ਚਾਹੀਦਾ ਵੀ ਉੱਥੇ ਰੇਡ ਮਾਰੇ ਤੇ ਉਹ ਜਿਹੜੇ ਰਾਤ ਨੂੰ ਬੰਦੇ ਉੱਥੇ ਨਸ਼ਾ ਕਰਦੇ ਆ ਜਾਂ ਕੋਈ ਵੀ ਮਿਲਦਾ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਟਰਾਂਸਫਾਰਮਰ ਲਾਈ